थार की बाबा 85 मेरी सारे वीरन हाथ जोड़ के बेनती है कृपा करके समाज सेवक सभ्याचारक धार्मिक बिरती वाले लोग फेसबुक बड़े विद्वान बीबिया साड़ी वीडियो ना देखन क्योंकि साड़ी वीडियो दे विच गाला निकल जांदे ने असीं पूरी कोशिश करदे आं वी गाला ना कढ़ीए साडे वीर फिर भी आपके जज्बातों नूं काबू नहीं कर सकते गाल निकल जांदी है ये वीडियो साडे लुच्चे लंडे ते काले तेल वाले वीरां वास्ते है ना ही साडा चैनल सबसक्राइब करो ना ही वो घंटी दबाओ क्योंकि यूट्यूब फेसबुक ते बहुत वधिया वधिया चीज़ां पईआं तुसीं ओह जाके देखो साडा गंद ना देखो धन्नवाद। ਤੁਸੀਂ ਕਿਧਰ ਨਵੇਂ ਕੱਪੜੇ ਪਾਈ ਫਿਰਦੇ ਹੋ? ਤੀਆਂ ਤੇ ਨਹੀਂ ਚੱਲਣਾ। ਲੈ ਤੇਰਾ ਤੀਆਂ ਤੇ ਕੀ ਕੰਮ ਆਗਾ? ਤੇ ਹੋਰ ਕੀ ਦਾ ਕੰਮ ਆ? ਤੁਹਾਡੇ ਨਾਲ ਨਹੀਂ ਚੱਲੂਗਾ ਮੈਂ। ਹੋਏ ਬਸ ਬਸ ਬਹਿ ਜਾ ਚੁੱਪ ਕਰ। ਲੈ ਬੰਦਿਆਂ ਦਾ ਕੀ ਕੰਮ ਹੁੰਦਾ ਸਤੀਆਂ ਚ? ਬੰਦਾ ਮੈਂ ਉੱਥੇ ਇਕੱਲਾ ਨਹੀਂ ਉੱਥੇ ਬਥੇਰੇ ਆਉਣਗੇ ਖੇਡ। ਬਸ ਉੱਥੇ ਕੋਈ ਨਹੀਂ ਹੁੰਦਾ ਉਹਨਾਂ ਮਰੀਆਂ ਨਾਲ ਪਕਾਈ। ਮਰੀ ਜਾਂਦਾ ਨਾ ਹੋਰ। ਪਹਿਲਾਂ ਉਹ ਜੰਮ ਲੱਗਿਆ ਹੋਇਆ ਸੀਗਾ ਹੁਣ ਤੂੰ ਲੱਗ ਰਿਹਾ ਹੈਗਾ। ਕਿਹਦੀ ਗੱਲ ਕਰਦੀ ਐ? ਪੀਮੜੇ ਦੀ ਹੋਰ ਕਿਹਦੀ? ਕੋਈ ਕਾਣਮੀਣ ਹੋ ਤੇਰੇ ਚ ਤਾਂ ਹੀ ਨਾਲ ਜਾਂਦਾ। ਵਾਹ ਕਾਣਮੀਣ ਹੋਰ ਸਾਰੇ ਪਿੰਡ ਦੀ ਕਾਣਮੀਣ ਮੇਰੇ ਤੇ ਆ ਬੜੀ। ਐਵੇਂ ਉਹਨਾਂ ਤੇਰਾ ਮੂੰਹ ਦੇਖਣ ਜਾਣਾ ਸੀ? ਨਹੀਂ ਨਹੀਂ ਬਸ ਤੈਨੂੰ ਕੋਈ ਲੋੜ ਨਹੀਂ ਉਸ ਜਾਣ ਦੀ। ਮੈਂ ਤਾਂ ਚੱਲੂਗਾ ਮੇਰੀ ਹੁਣ ਗੱਲ ਸੁਣ ਲੈ ਜਿਆਦਾ ਬਹਿਸਬਾਜ਼ੀ ਨਹੀਂ ਕਰਨੀ ਮੇਰੇ ਨਾਲ। ਬਹਿਸਬਾਜ਼ੀ ਤਾਂ ਹੀ ਹੋਊਗੀ ਸਾਰੀਆਂ ਕੁੜੀਆਂ ਮੈਨੂੰ ਬਾਅਦ ਚ ਬੋਲੀ ਜਾਂਦੀਆਂ ਨੇ ਉਹ ਆ ਗਿਆ ਉਹ ਆ ਗਿਆ। ਤੇ ਜੇ ਤੇਰਾ ਸੱਜਰਾ ਕੁਛ ਲੱਗਦਾ ਉਹ ਆ ਗਿਆ ਉੱਥੇ ਫੇਰ। ਕੌਣ ਆ ਗਿਆ? ਉਹ ਮੱਗਰ। ਕੋਈ ਨਹੀਂ ਹੁੰਦਾ ਉੱਥੇ। ਹੁੰਦਾ ਨਹੀਂ ਮੈਨੂੰ ਤਾਂ ਲੱਗਦਾ ਬਸ ਬਸ ਰਹਿ। ਹੋਰ ਕੋਈ ਕੰਮ ਨਹੀਂ ਆ ਮੱਗਰ ਆ ਗਿਆ ਮੱਗਰ ਆ ਗਿਆ ਮੱਗਰ ਆ ਗਿਆ ਪਿੰਡ ਦੇ ਹੋਰ ਬੰਦੇ ਨਹੀਂ ਹੈਗੇ। ਨਹੀਂ ਤੂੰ ਫੇਰ ਮੈਨੂੰ ਇੱਕ ਗੱਲ ਦੱਸ। ਹਾਂ। ਜੇ ਮੈਂ ਨਾਲ ਜਾਂਦਾ ਤੇ ਤੇਰੀ ਕੀ ਖੁਰਕ ਹੁੰਦੀ ਐ? ਦੱਸ ਮੈਨੂੰ। ਚੱਲ ਮਰਜੀ ਬਾਗ ਚੱਲੀ ਨਾਲ। ਬਾਗ ਚੱਲੀ ਹੁਣ ਕਿਵੇਂ ਲੈਣ ਤੇ ਆ ਗਈ? ਹੁਣ ਖੁਰਕ ਹੁਣ ਆਟ ਗਈ। ਖੁਰਕ ਹੁਣ ਆਟ ਗਈ ਨਾ ਹੋਰ ਛਤਰਾਂ ਦੀ ਘਾਟਾ ਤੈਨੂੰ। ਚੱਲ ਵੇ। ਚੱਲ ਵੇ ਇੱਕੋ ਹੀ ਗੱਲ ਆਉਂਦੀ ਐ ਚੱਲ ਵੇ ਚੱਲ। ਚੱਲ ਕੋਈ ਨਾ ਬਾਗ ਚੱਲੀ ਨਾ ਬਾਗ ਚੱਲੀ ਫਿਰ। ਦੇਖ ਲਈ ਉੱਥੇ ਕਿੰਨੇ ਕ ਬੰਦੇ ਹੋਣਗੇ। ਦੱਸੇ ਕਿਉਂ ਲੱਗਿਆ ਤੈਨੂੰ? ਤੂੰ ਮੈਨੂੰ ਐ ਤਾਂ ਦੱਸ ਦੇ ਫਿਰ। ਮੈਨੂੰ ਨਹੀਂ ਦੱਸ ਮੇਰੀ। ਮੈਨੂੰ ਨਹੀਂ ਕੋਈ ਤਕਲੀਫ ਮੇਰੇ ਨਾਲ ਮੂੰਹ ਮਾਰ ਵਾਲਾ। ਹਾਂ ਹੁਣ ਗੱਲ ਨਹੀਂ ਆਉਂਦੀ ਹੁਣ ਬਾਗ ਚੱਲੀ ਬਾਗ ਚੱਲੀ। ਬਥੇਰੀਆਂ ਆਉਂਦੀਆਂ ਨੇ। ਜਿੱਦੇ ਸੁੱਟੀ ਛੱਟੀ ਤੇ ਹੋਇਆ ਉੱਡੇ ਕੱਢਾਂਗੇ ਕਰਦੇ ਨਾ ਦੀ ਨਜ਼ਾਰੇ ਲਵਾਂਗੇ ਮੁਨਸੀ ਸਾਹਿਬ ਜਪਸੀ ਜੀ ਗਲੀਸ਼ ਕਰਾ ਦੋ ਮੈਂ ਤਾਂ ਮੁੜਦੀ ਨੀ ਉਹ ਕੋਈ ਨਾ ਕੋਈ ਨਾ ਤੈਨੂੰ ਵਧੀਆ ਦੇਵਾਂਗੇ ਕਰਕੇ ਆਣ ਇੱਕ ਨੰਬਰ 'ਚ ਗੱਡੀ ਹੁਣ ਨਹੀਂ ਆ ਜਾਣ ਕਿੰਨਾ ਟਾਈਮ ਹੋ ਗਿਆ ਤੈਨੂੰ ਨਹੀਂ 2 ਮਿੰਟ ਰੁਕ ਜਾ ਮੇਕਅਪ ਤਾਂ ਕਰ ਲੈਂਦੇ ਮੈਨੂੰ ਨਹੀਂ ਤੈਨੂੰ ਕਿਉਂ ਨਹੀਂ ਦੇਖਣਾ ਉੱਥੇ ਨਹੀਂ ਹੋਰ ਕਿਹਨੂੰ ਦੇਖਣਗੇ ਮੈਨੂੰ ਦੇਖਣਾ ਸਾਨੇ ਮੈਂ ਤਾਂ ਪਿੰਡ ਦੀ ਬਹੂ ਆਂਗੀ ਦੱਸ ਨਹੀਂ ਬਸ ਕਰ ਤੂੰ ਰੁਕ ਜਾ 2 ਮਿੰਟ ਆਈਲਾਈਨਰ ਲਾਉਣੀ ਪਈ ਹੈ ਤੂੰ ਤਾਂ ਭੈਣੇ ਬਾਲਾ ਮੂੰਹ ਸਿਰ ਲਿਪਦੀ ਆਂਗੀ ਨਹੀਂ ਬਸ ਆਈਲਾਈਨਰ ਲੱਗ ਗਿਆ ਆ ਜਾ ਛੇਤੀ ਕਰ ਬਸ ਆ ਕੇ ਚੱਲ ਹੋਰ ਪਹਿਲੀ ਵਾਰ ਤੀਆਂ ਲੱਗਣਗੇ ਮੈਂ ਤਾਂ ਆਪਣੇ ਉੱਥੇ ਤੀਆਂ ਵੀ ਲੱਗੀਆਂ ਕਿਤੇ ਨਹੀਂ ਹਾਂ ਮੈਂ ਵੀ ਦੇਖਣੀ ਹੈ ਪਹਿਲੀ ਵਾਰ ਕਿਦਾਂ ਦੀ ਹੋਣੀ ਹੈ ਮੇਰੀ ਗੱਲ ਸੁਣ ਨਹੀਂ ਹਾਂ ਉਹਨਾਂ ਬਾਲਾ ਬਲਾਈ ਨਾਲ ਕਿਨੂੰ ਹਾਈ ਨੂੰ ਸੋਨੀ ਨੂੰ ਹਾਂ ਨਹੀਂ ਤੂੰ ਐਵੇਂ ਲੜਦੀ ਰਹਿਣੀ ਆ ਕੁਛ ਨਹੀਂ ਕਹਿੰਦੀ ਹੈਗੀ ਚਲ ਆਸ਼ੇ ਤੇ ਚਾਹ ਪਾਣੀ ਪੀ ਕੇ ਤੇ ਚੱਲਾਂਗੇ ਨਹੀਂ ਆਹੋ ਚੱਲ ਆ ਜਾ ਸੋਨੀ ਲੱਗਦੀ ਕੱਢ ਰਿਆ ਅੱਜ ਤਾਂ ਮੈਂ ਤਾਂ ਹੋ ਗਈ ਫਟਾਫਟ ਤਿਆਰ ਦੀਦੀ ਤੁਸੀਂ ਤਿਆਰ ਹੋ ਹਾਂ ਹਾਂ ਤਿਆਰ ਆ ਮੈਂ ਤਾਂ ਇਹ ਕਿੱਧਰ ਤਿਆਰ ਹੋਈ ਬੈਠੀ ਆ ਕਿਉਂ ਕੀ ਗੱਲ ਨਹੀਂ ਜਿੱਧਰ ਜਾਓ ਉਧਰ ਬੇਵਾ ਤਿਆਰ ਹੋ ਕੇ ਬਹਿ ਜਾਂਦੀ ਆ ਮੈਂ ਤਾਂ ਐਂ ਜਾਉਂਗੀ ਐਂ ਜਾਉਂਗੀ ਤੜਕੀ ਮੂੰਹ ਲਿਪਣ ਬਹਿ ਜਾਂਦੀ ਪਤਾ ਨਹੀਂ ਕੀ ਇਹਨੂੰ ਹੋਵਾਗਾ ਐਂ ਲਿਖੂੰਗੀ ਮੈਂ ਤਾਂ ਤੇਰੇ ਕੀ ਪਲੇਗ ਨਿਕਲਦੀ ਹੈਗੀ ਨਹੀਂ ਤੇਰੇ ਨਾਲ ਤਾਂ ਸੋਹਣੀ ਆ ਦੱਸ ਕਿ ਤੂੰ ਕਿੱਥੇ ਬਰਾਬਰੀ ਕਰ ਲੇਗੀ ਮੇਰੀ ਕੀ ਅੰਤਾ ਦੇਖ ਤਾਂ ਸਹੀ ਤੂੰ ਨਹੀਂ ਮੇਰੀ ਬਰਾਬਰੀ ਕਰ ਸਕਦੀ ਮੂੰਹ ਤਾਂ ਦੇਖ ਲੈ ਜਿਵੇਂ ਲੁੰਡੇ ਜੀ ਨਹੀਂ ਤੇਰੇ ਨਾਲ ਤਾਂ ਸੋਹਣੀ ਆ ਤੇਰੇ ਨਾਲ ਸੋਹਣਾ ਹੀ ਆ ਚੱਲ ਮੇਰੇ ਨਾਲ ਪਕਾਈ ਮਾਰ ਬਸ ਕਰੋ ਕੰਜਰਖਾਨਾ ਰਹਿਣ ਦੋ ਉਹ ਬੋਲਦੀ ਹੈ ਪਹਿਲਾਂ ਕੰਜਰਖਾਨਾ ਕੀ ਨਾਲ ਤਿਆਰ ਹੋਇਆ ਬੈਠਾ ਕਹਿੰਦਾ ਮੈਂ ਜਾਊਂਗਾ ਤੀਆਂ ਤੇ ਤੈਂ ਕੀ ਕਰਨ ਜਾਣਾ ਚੀਜ਼ਾਂ ਨਾਲ ਤੈਨੂੰ ਕੀ ਤਕਲੀਫ ਆ ਮੇਰੀ ਨਹੀਂ ਤੂੰ ਦੱਸ ਖੁੱਲ ਕੇ ਤੈਨੂੰ ਕੀ ਤਕਲੀਫ ਆ ਬਾਈ ਉਹ ਤਾਂ ਬੁੜੀਆਂ ਚ ਤੂੰ ਕੀ ਕਰੇਗਾ ਕਿਉਂ ਤੇਰੇ ਜੀਜਾ ਤੈਨੂੰ ਬੋਲਣ ਦੀ ਨਹੀਂ ਅਕਲ ਹੈਗੀ ਬਸ ਕਰ ਬੁੜੇ ਵੀ ਹੋਣਗੇ ਉੱਥੇ ਇਕੱਲੀਆਂ ਬੁੜੀਆਂ ਨਹੀਂ ਹੈਗੀਆਂ ਬੁੜੇ ਤਾਂ ਤੁਸੀਂ ਛੱਡ ਕੇ ਗਏ ਹੋ ਹੈ ਜਾਊਗਾ ਮੇਰਾ ਬੰਦਾ ਤਾਂ ਹਾਂ ਚੱਲ ਪਕਾਈ ਨਾ ਮਾਰ ਵਾਲੀ ਤੈਨੂੰ ਪਕਾਈ ਕੌਣ ਮਾਰਦਾ ਤੇਰੇ ਨਾਲ ਬਸ ਚੁੱਪ ਕਰੋ ਚੱਲ ਹੁਣ ਚੱਲ ਗਏ ਕਿੱਥੇ ਚੱਲੀਏ ਕਿੱਥੇ ਚੱਲ ਗਏ ਤੀਆਂ ਦੇ ਚੱਲ ਗਏ ਉਹ ਆਇਆ ਨਹੀਂ ਕੋਈ ਨਾ ਸਿੰਦੀ ਹੋਰਾਂ ਨੂੰ ਹੁਣ ਕੌਣ ਆਉਂਦਾਗਾ ਹੁਣੇ ਤੈਨੂੰ ਜਾ ਕੇ ਤੂੰ ਵੀ ਨੇ ਵਾਲਾ ਮੂੰਹ ਮਾਰਿਆ ਕਰ ਇਹਦੇ ਨਾਲ ਨਹੀਂ ਕੁਛ ਨਹੀਂ ਹੁੰਦਾਗਾ ਤੇਰੀਆਂ ਬੂਦਰੀਆਂ ਜੀ ਮੈਨੂੰ ਪੱਟਣੀਆਂ ਪੈਣਗੀਆਂ ਕਿਉਂ ਪੱਟੇਂਗੀ ਤੂੰ ਲਾ ਕੇ ਦਿਖਾਈ ਹੱਥ ਮੇਰੀ ਭੈਣ ਮੈਂ ਕੁਛ ਮਰਜ਼ੀ ਕਰ ਤੂੰ ਕਿਵੇਂ ਰੋਕੇਂਗੀ ਸੱਦ ਲਾ ਉਹਨਾਂ ਨੂੰ ਫਿਰ ਕਿੱਥੇ ਜਾਣਾ ਕੋਈ ਨਾ ਆ ਨਹੀਂ ਇਹਨੇ ਫੋਨ ਕਰਿਆ ਹੋਇਆਗਾ
ਉਹੀ ਪਤਾ ਨਹੀਂ ਕਿੱਦੇ ਮਗਰ ਲਹੂਗੀ ਮੇਰੇ ਹੋਰ ਕੋਈ ਕੰਮ ਨਹੀਂ ਜਿੱਧਰ ਦੇਖੋ ਉਧਰੇ ਕਲੇਸ਼ ਜਿੱਧਰ ਉਧਰੇ ਦੇਖ ਕਲੇਸ਼ ਭਈਆ ਭਰਾਵਾ ਹੁਣ ਉਹ ਬਹਿਣਿਆ ਕੋਈ ਨਾ ਮੜਾ ਦੇਖਦੇ ਆ ਚਪਾੜੇ ਨੂੰ ਮੜਾ ਧਮਕਾਉਣਾ ਕੋਈ ਯਾਰ ਆਪਣੇ ਤੇ ਰੋ ਭਈ ਵੀ ਮਰੀ ਅੰਦਰ ਰਹਿੰਦਾ ਯਾਰ ਉਹ ਕੋਈ ਨਾ ਬਹਿ ਕੇ ਦੇਖਦੇ ਆ ਜਾਂ ਬੈਠ ਤੂੰ ਵੀ ਐਵੇਂ ਰੋ ਜਾ ਚੱਲੀ ਜਾਂਦਾ ਰਹਿਣਾ ਉਹਦਾ ਮੜਾ ਧਮਕਾ ਦਿਆ ਕਰਨਾ ਉਹਨੂੰ ਐਵੇਂ ਟੈਨਸ਼ਨ ਕੋ ਲੈਣਾ ਉਹਨੂੰ ਉਹ ਤੂੰ ਤਾਂ ਕੁੱਟ ਝੱਲ ਲੈਣਾ ਭਰਾਵਾ ਮੈਥੋਂ ਨਹੀਂ ਝੱਲੀ ਜਾਂਦੀ ਮੇਰੀ ਤਾਂ ਪੱਛਣੀਆਂ ਹਜੇ ਤੱਕ ਦਰਦ ਕਰਦੇ ਨੇ ਬਹਿ ਜਾ ਕੋਈ ਨਾ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਤਾਂ ਬਾਹਲਾ ਯਾਰ ਡਰਿਆ ਨਾ ਕਰ ਉਹਨਾਂ ਤੋਂ ਬਾਬੇ ਮੈਨੂੰ ਤਾਂ ਯਾਰ ਕੁੱਟ ਤੋਂ ਡਰ ਲੱਗਦਾ ਉਹ ਯਾਰ ਕੁੱਟ ਤੋਂ ਕਿਤੇ ਨਹੀਂ ਮਾਰ ਦੇਣਗੇ ਆਪਾਂ ਨੂੰ ਮਾਰ ਤਾਂ ਨਹੀਂ ਦੇਣਗੇ ਹੁਣ ਕੁੱਟ ਲੈਣਗੇ ਕੁੱਟ ਲੈਣ ਦੇ ਆਪਾਂ ਪਰ ਡਰਨਾ ਡਰਨਾ ਨਹੀਂ ਹੈਗਾ ਕਿਸੇ ਤੋਂ ਉਹ ਤਾਂ ਠੀਕ ਆ ਹਾਂ ਉਹ ਵੈਸੇ ਜੇ ਆਪਾਂ ਨੂੰ ਜੇਲ੍ਹ 'ਚ ਭੇਜ ਦੇਣ ਫਿਰ ਤਾਂ ਨਜ਼ਾਰਾ ਆ ਜੇ ਹੈ ਨਾ ਫਿਰ ਤਾਂ ਬਾਹਲਾ ਨਜ਼ਾਰਾ ਬਾਬੇ ਆਪਣੇ ਲਿੰਕ ਹੈਗੇ ਨੇ ਬੰਦੇ ਪੂਰੇ ਯਾਰ ਮੈਂ ਕਹਿੰਦਾ ਇਹੋ ਜਿਹੇ ਬੰਦੇ ਨੇ ਤੈਨੂੰ ਮੈਂ ਕਹਿੰਦਾ ਪੂਰਾ ਸਿਰਾ ਬੰਦੇ ਨੇ ਆਪਣਾ ਪੂਰੇ ਲਿੰਕ ਨੇ ਯਾਰ ਜੇਲ੍ਹ 'ਚ ਤਾਂ ਯਾਰ ਜੇਲ੍ਹ 'ਚ ਤਾਂ ਆਪਾਂ ਰਾਜ ਵਾਂਗੂ ਰਹਿਣਾ ਯਾਰ ਵੈਸੇ ਠੀਕ ਆ ਰਾਜ ਕਰਨਾ ਆਪਾਂ ਜੇਲ੍ਹ 'ਤੇ ਜਿਵੇਂ ਆਪਾਂ ਪਿੰਡ ਤੇ ਰਾਜ ਕਰਦੇ ਹਾਂ ਆਪਦੇ ਕੋਟ ਦੋਨੇ ਤੇ ਐਵੇਂ ਜੇਲ੍ਹ ਤੇ ਵੀ ਰਾਜ ਕਰਾਂਗੇ ਆਪਾਂ ਬਸ ਠੀਕ ਆ ਇੱਥੋਂ ਕੇਰਾਂ ਮੜਾ ਜਿਹਾ ਪਲਾਨ ਬਣਾ ਦੂੰ ਆਪਾਂ ਦੇਖਦੇ ਹਾਂ ਜੇ ਤਾਂ ਆਪਾਂ ਨੂੰ ਭੇਜ ਤਾ ਜੇਲ੍ਹ 'ਚ ਫਿਰ ਤਾਂ ਆਪਾਂ ਠੀਕ ਆ ਜੇ ਨਾ ਭੇਜਿਆ ਆਪਾਂ ਫਿਰ ਇੱਥੋਂ ਨਿਕਲਣ ਦਾ ਪਲਾਨ ਬਣਾਉਣੇ ਆ ਆਪਾਂ ਨਿਕਲਣਾ ਆਪਾਂ ਇੱਥੋਂ ਨਿਕਲਣਾ ਹੀ ਨਿਕਲਣਾ ਆਪਾਂ ਨੇ ਚਾਹੇ ਕੋਈ ਮਰਜ਼ੀ ਹੋ ਜੇ ਬਹੁਤ ਟਾਈਮ ਹੋ ਗਿਆ ਇੱਥੇ ਬੈਠਿਆਂ ਨੂੰ ਯਾਰ ਬੜਾ ਟਾਈਮ ਹੋ ਗਿਆ ਮੈਂ ਤਾਂ ਇੰਨਾ ਟਾਈਮ ਤੈਨੂੰ ਪਤਾ ਤਾਂ ਹੈਗਾ ਆਪਾਂ ਤਾਂ ਆਜ਼ਾਦ ਪੰਛੀ ਹਾਂ ਯਾਰ ਇੰਨਾ ਟਾਈਮ ਤਾਂ ਕਿਤੇ ਨਹੀਂ ਕੱਢਦਾ ਮੈਂ ਹੋਰ ਕੀ ਨਾ ਮਾਰਾ ਭੱਜੂਗਾ ਤੇ ਇਹਨੂੰ ਨਾਲ ਹੀ ਲੈ ਕੇ ਲੰਘੂਗਾ ਟੈਨਸ਼ਨ ਨਾ ਲੈ ਬਸ ਆਪਾਂ ਲੰਘਣਾ ਇੱਥੋਂ ਹਾਂ ਬਸ ਤੂੰ ਜਮਾਂ ਨਾ ਟੈਨਸ਼ਨ ਲਿਆ ਕਰ ਮੇਰੇ ਹੁੰਦੇ ਯਾਰ ਚਪੋਟੇ ਚਪੋਟੇ ਨੂੰ ਧਮਕਾ ਦਿਆ ਕਰ ਮਾੜਾ ਜਿਹਾ ਇਹਨਾਂ ਦੀ ਤਾਂ ਆਪਾਂ ਨੂੰ ਕਾਹਦੀ ਟੈਨਸ਼ਨ ਹਾਂ ਬਸ ਮਾੜਾ ਜਿਹਾ ਜਦੋਂ ਵੱਡਾ ਸਾਹਿਬ ਹੋਏ ਉਦੋਂ ਮਾੜਾ ਜਿਹਾ ਧੀਰਜ ਨਾਲ ਬੋਲੇ ਜਦੋਂ ਮਾੜਾ ਜਿਹਾ ਚਪਾੜੇ ਚਪੂਟੇ 'ਚ ਹੋਣ ਉਦੋਂ ਤਾਂ ਬਸ ਧਮਕਾ ਦੇਊਗੀ ਉਹ ਵੈਸੇ ਜਿਹਦਾ ਡਰ ਸੀ ਯਾਰ ਉਹ ਤਾਂ ਹੁਣ ਬਦਲੀ ਹੋ ਗਈ ਉਹਦੀ ਤਾਂ ਹਾਂ ਉਹ ਵੀ ਲੋਟ ਆਪਾਂ ਨੂੰ ਯਾਰ ਵਧੀਆ ਉਹਦਾ ਬੰਦਾ ਹੀ ਬਾਹਲਾ ਬੇਕਾਰ ਸੀ ਉਹਦਾ ਯਾਰ ਮਾੜਾ ਤਰਸ ਹੀ ਨਹੀਂ ਕਰਦਾ ਸੀ ਬੰਦਾ ਬਾਈ ਭਾਵੇਂ ਬੰਦਾ ਚੱਕ ਚੱਕ ਕੰਧਾਂ ਨਾਲ ਮਾਰਿਆ ਉਹਨੇ ਯਾਰ ਮੇਰੇ ਤਾਂ ਭਾਵੇਂ ਹਜੇ ਵੀ ਮੱਖੀਆਂ 'ਚ ਪਾਕ ਪਾਈ ਪਈ ਆ ਬਾਹਲਾ ਬੜਾ ਕੁੱਟਿਆ ਸੀ ਹੋਰ ਯਾਰ ਬਾਹਲੀ ਕੁੱਟ ਪਾਈ ਸੀ ਉਹਨਾਂ ਦਾ ਮੇਰੇ 'ਤੇ ਵੀ ਮੈਂ ਤਾਂ ਸੁੱਖਾਂ ਸੁੱਖਦਾ ਰਿਹਾ ਸੀ ਵੀ ਬਾਬਾ ਇਹਨਾਂ ਦੀ ਬਦਲੀ ਹੋ ਜਾਏਗੀ ਸਹੀ ਗੱਲ ਆ ਹੋਰ ਤੂੰ ਨਾ ਮੇਰੇ ਨਾਲ ਹੱਥ ਮਿਲਾ ਕੇ ਰੱਖ ਇੱਥੋਂ ਆਪਾਂ ਲੰਘਾਂ ਬਸ ਠੀਕ ਠੀਕ ਆ ਮੈਂ ਤੈਨੂੰ ਆਪ ਹੀ ਲਗਾਊਂਗਾ ਇੱਥੇ ਬਾਈ ਬਣ ਕੇ ਪਰ ਮਾੜਾ ਜਿਹਾ ਡਰਾਈਵਰ ਰਹਿ ਨਾ ਗੱਚ ਪੜੇ ਨਾ ਨਾ ਡਰਦੇ ਤਾਂ ਆਪਾਂ ਕਾਹਨੂੰ ਆ ਯਾਰ ਨਾਲੇ ਵਧੀਆ ਆਪਾਂ ਰੋਟੀ ਖਾਣੀ ਇੱਥੇ ਹੁਣ ਮੂੰਗੀ ਮੂੰਗੀ ਦਾਲ ਜੀ ਲਿਆਂਦੀ ਨਾ ਜੇ ਇਹਨਾਂ ਨੇ ਚੱਕ ਕੇ ਆਟ ਪਾ ਦੀ ਉੱਤੋਂ ਦੀ ਮੇਰੇ ਤਾਂ ਮੱਤ ਮਾਰ ਰੱਖਿਆ ਮੂੰਗੀ ਨੇ ਹਾਂ ਐਂ ਕਰ ਬਾਈ ਬਣ ਕੇ ਅੱਜ ਫਿਰ ਕੋਈ ਹੱਲ ਕਰ ਖਾਣ ਪੀਣ ਦਾ ਅੱਜ ਮੈਂ ਤੈਨੂੰ ਦੱਸਦਾ ਜੇ ਚਪਾਟਾ ਜਿਹਾ ਆਇਆ ਨਾ ਆਪਾਂ ਪਹੁੰਚ ਕੇ ਉਹਨੇ ਫੇਰਾਂਗੇ ਹੱਥ ਉੱਤੇ ਮੈਂ ਠੀਕ ਉਹਦਾ ਮਾੜੇ ਨਾ ਵੜ ਜਾਂਦਾ ਉਹਨੂੰ ਕਹਾਂਗੇ ਵੀ ਲਿਆ ਬੋਤਲ ਬੋਤਲ ਬਾਈ ਬਣ ਕੇ ਐਂ ਕਾਹਨੂੰ ਕਰਦਾ ਨਾਲੇ ਮੰਗਾਵਾਂਗੇ ਆਪਾਂ ਅੱਛੇ ਖਾਣਾ ਠੀਕ ਹੈ ਤੂੰ ਮੇਰੇ ਨਾਲ ਟੈਨਸ਼ਨ ਨਾ ਲਿਆ ਕਰ ਜਮਾਂ ਨਾ ਟੈਨਸ਼ਨ ਲਿਆ ਕਰ ਆਪਾਂ ਨੂੰ ਤਾਂ ਕਾਹਦੀ ਟੈਨਸ਼ਨ ਦੇ ਰਹੇ ਹੁੰਦੇ ਹਾਂ ਇਹਦਾ ਚਪਾਟੇ ਨੂੰ ਤਾਂ ਧਮਕਾ ਦੇਣ ਤਾਂ ਉਹਦਾ ਹੱਥ ਨਹੀਂ ਧਮਕਾ ਕੇ ਉਹਦੀ ਬੋਤਲ ਮੰਗਾ ਲਾਂਗੇ ਨਹੀਂ ਛੇਤੀ ਆ ਜਾ ਆ ਗਈ ਭੈਣੇ ਪਰ ਟੱਪ ਮੈਂ ਗੇਟ ਲਾਵਾਂ ਚੱਲ ਤੈਨੂੰ ਤੀਆਂ ਦਿਖਾ ਕੇ ਲਿਆਵਾਂ ਤੇਰੇ ਜੀ ਲੱਗ ਜੂ ਲਾਲੇ ਹੋਰ ਮੇਰੇ ਤੇ ਜੀ ਨਹੀਂ ਲੱਗਦੇ ਲੈ ਮੈਂ ਵੀ ਦੇਖ ਲਾਂ ਲੈ ਤੈਨੂੰ ਹੋਰ ਤੇਰੀਆਂ ਸਹੇਲੀਆਂ ਮਲਾਉਂਗੀ ਆਪ ਦੀਆਂ ਮੈਂ ਚੱਲ ਮੈਂ ਵੀ ਹਿੰਮਤ ਨਾ ਤੁਰੇ ਛੇਤੀ ਆ ਜਾ ਨਹੀਂ ਆ ਕੀ ਦਾ ਘਰ ਨਹੀਂ ਇਹ ਮੇਰੀ ਸੋਨੀ ਸਹੇਲੀ ਦਾ ਘਰ ਆ ਇਹੀ ਘਰ ਆ ਤੇ ਆ ਜਾ ਘਰ ਹੀ ਹੋਣਗਾ ਅੱਜ ਮਲਾਉਣੀ ਤੈਨੂੰ ਸਾਰਿਆਂ ਨੂੰ ਨਹੀਂ ਆ ਜਾ ਆ ਬੈਠੀ ਸੋਨੀ ਹਾਏ ਸਤਿ ਸ਼੍ਰੀ ਅਕਾਲ ਸੋਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹਿ ਜਾਓ ਨਹੀਂ ਬਹਿ ਜਾ ਚੱਲ ਕੋਈ ਨਹੀਂ ਜਗ੍ਹਾ 'ਚ ਬਹਿਨੀ ਹੈਗੀ ਦਿਨਾਂ ਦਿਨ ਭਾਰੀ ਹੋ ਜਾਂਦੀ ਆ ਜੀ ਤੁਸੀਂ ਇੱਧਰ ਹੋ ਜਾ ਮੜਾ ਜਾ ਆਹੋ ਇੱਧਰ ਕਰ ਲੈ ਇਹਨੂੰ ਤੇ ਵਿੱਚ ਇਹਨੂੰ ਕਦੋਂ ਭਾਈ ਬੈਠਗਾ ਮੇਰਾ ਬੰਦਾ ਮੇਰੇ ਕੋਲੇ ਬੈਠੂਗਾ ਹੁਣ ਨਾਲ ਤਿਆਰ ਹੋਇਆ ਬੈਠਿਆ ਇਹਦੇ ਤੋਂ ਕੀ ਕਰਾਉਣਾ ਭੈਣੇ ਨਹੀਂ ਤੈਨੂੰ ਕੀ ਦਿੱਕਤ ਹੈਗੀ ਅੱਗੇ ਭੀਂਬੜਾ ਰੋਡਾ ਲੱਗਿਆ ਸੀ ਹੁਣ ਇਹਨੂੰ ਲੈ ਕੇ ਜਾਣਾ ਐਵੇਂ ਉਹ ਜੀ ਨਾ ਬੋਲ ਮੇਰੇ ਘਰ ਵਾਲੇ ਨੂੰ ਨੈਂਸੀ ਉਰੀ ਨਹੀਂ ਆਈਆਂ ਨਾਲ ਸਿਲਕ ਭੈਣੇ ਮੈਂ ਉਹਨਾਂ ਦੇ ਘਰ ਜਾ ਕੇ ਆਈ ਉਹਨਾਂ ਦੇ ਤਾਂ ਐਡਾ ਜਿੰਦਾ ਲੱਗਾ ਪਿਆ ਕਿਲੋ ਪੱਕੀ ਦਾ ਪਤਾ ਨਹੀਂ ਕਿੱਧਰ ਛਿੜੀਆਂ ਉਹ ਫੇਰ ਹੁਣ ਤੰਗ ਮੈਂ ਤੈਨੂੰ ਸੱਦਣ ਆਈ ਆ ਤੀਆਂ ਦੀਆਂ ਰੌਣਕਾਂ ਘਟ ਜਾਣਗੀਆਂ ਨਹੀਂ ਹੁਣ ਚੱਲੀਏ ਫਿਰ ਆਪਾਂ ਚੱਲ ਕੋਈ ਨਹੀਂ ਬਾਬਾ ਜੇ ਮੇਰੀ ਸਹੇਲੀ ਆ ਗਈ ਸਾਡੇ ਪਿੰਡੋਂ ਚੱਲ ਕੋਈ ਨਾ ਬੋਲੀਆਂ ਬੋਲੀਆਂ ਪਾ ਲੈਣਗੀਆਂ ਨਹੀਂ ਪਾ ਲੈਂਦੀਆਂ ਬਥੇਰੀਆਂ ਐਂ ਚੱਲ ਕੋਈ ਨਾ ਫਿਰ ਨਹੀਂ ਕਰਨੀ ਦਾ ਤੂੰ ਆਪਦੀ ਮਰਜ਼ੀ ਇਹਨੂੰ ਘਰੇ ਛੱਡ ਦੋ ਨਹੀਂ ਮੈਂ ਕਦੋਂ ਲਿਜਾ ਰਹੀ ਹਾਂ ਨਾਲ ਆ ਦੇ ਆ ਲਿਜਾ ਰਹੀ ਹੈਗੀ ਜਾਊਗਾ ਮੇਰਾ ਬੰਦਾ ਤਾਂ ਤੁਸੀਂ ਚਲੋ ਜੀ ਜਾਊਗਾ ਮੇਰਾ ਬੰਦਾ ਰੋਕ ਕੇ ਦਿਖਾਵੇ ਕੋਈ ਭੈਣੇ ਤਾਂ ਜਲੂਸ ਕੱਢਦੀ ਹੈ ਨਾਲ ਜਾ ਕੇ ਐਂ ਕਿਵੇਂ ਜਲੂਸ ਮੇਰਾ ਬੰਦਾ ਤਾਂ ਜਾਊਗਾ ਨਾਲ ਰੋਕ ਕੇ ਸਹੀ ਕੋਈ ਚਲੋ ਜੀ ਤੁਸੀਂ ਕੱਪੜੇ ਦਾ ਦੇਖ ਲਾ ਪਹਿਲਾਂ ਦੋਏ ਜੀਆਂ ਨੇ ਕਿਸੇ ਜੀ ਪਾਲ ਦੇ ਓ ਚਲੋ ਭਈ ਆਪ ਚੱਲੀਏ ਤੀਆਂ ਤੇ ਆ ਜਾ ਆ ਜਾ ਕਬੂਦੀ ਡਿੱਗੀ ਜਾਂਦੀ ਆ ਮੈਂ ਤੈਨੂੰ ਤੈਨੂੰ ਕਿਹੜਾ ਭੈਣ ਚੋਦ ਲੈ ਕੇ ਜਾਂਦਾ ਮੈਂ ਤੈਨੂੰ ਆਖਿਆ ਤਾਂ ਹੈਗਾ ਜੀ ਰਾਤ ਚੱਲਣਾ ਮੈਂ ਤੇਰੇ ਨਾਲ
तेरे गिट्टे गोडे खा दिया तू ब्रह जे थी करे त्याहा ओ की करे ओ पुत्ता आया चलिए तियां ते आणे आ बापू ओ तू रहण दे मैं कुड़ी नु तियां दिखा लियाना एवें उत्थे तू लड़ाई करेगी बिना काम तो उत्थे पर तू क्लेश पा लिया सी पर क्लेश पा लिया सी आ गई पते हां जी हां ओ पुत तेरी फ्रेंड अज फेर नहीं आई कहंदी तियां ते आऊ बापू जी आऊगी जरूर ओ पता लेट लूट हो गई तेनू फ्रेंड दा बाज लग रिया वे चंगा पुत फिर तू घरे रही चंगा मैं भी नाल ही बाहर चलू बापू तू दस उथे गिद्दा पाए गए रोई मारी इन्हें गल पुत ने उधर कि गिद्दा नहीं देखा बहर लेच गिद्दा नहीं देखा रोज तक कमरे च गिद्दा पाई जाता है मार दिया नी तू तू नी चंबल दी कुछ ਓਏ ਘਰੇ ਰਾਖੀ ਰੱਖੂ ਕੋਈ ਜਨਰੇਟਰ ਲੈ ਜੂ ਚੱਕ ਕੇ ਚੱਲ ਪੁੱਤ ਲੱਗ ਰਿਹਾ ਕੋਈ ਨਹੀਂ ਲਿਆਂਦਾ ਜਨਰੇਟਰ ਓਏ ਕੰਜਰ ਦਾ ਚੋਰ ਵਾਲੇ ਨੇ ਘਰੇ ਬੰਦਾ ਚਾਹੀਦਾ ਸਮਝਾਇਨ ਇਹ ਨਹੀਂ ਸਮਝਦਾ ਬਾਪੂ ਜੀ ਮੇਰੇ ਬਸ ਦੀ ਗੱਲ ਨਹੀਂ ਹੈ ਬੰਨੀ ਦਿੰਦਾ ਕੰਮ ਲਈ ਇੱਕ ਬੰਦਾ ਘਰੇ ਰਹੇ ਜ਼ਰੂਰੀ ਹੁੰਦਾ ਇਹ ਰਹਿ ਪੂਗੀ ਉਹ ਕਿੱਦਾਂ ਤੈਨੂੰ ਕੱਲ ਨੂੰ ਦਿਖਾ ਲਿਆਵਾਂਗੇ ਅੱਜ ਅੱਜ ਹੀ ਹੈ ਪੁੱਤ ਤੀਆਂ ਚਾਲਾ ਉਹੀ ਮਾਰੀ ਦੋ ਦਿਨ ਲੱਗਣ ਗਿਆ ਬਜਾ ਪੁੱਤ ਕੱਲ ਚੱਲ ਚੱਲੂਗਾ ਓਏ ਬਜਾ 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 ਉਹ ਦੋ ਦਿਨ ਲੱਗਣੇ ਕੱਲ ਨੂੰ ਬਗ ਜੂ ਆ ਜਾ ਟਾਈਮ ਨਾ ਕੀ ਜਾਂਦਾ ਮਰੀ ਜਾਂਦੀ ਪਕਾਈ ਘਰੇ ਨਿਗਾਹ ਰੱਖੀ ਤੂੰ ਆ ਜਾਂਦਾ ਸੀ ਦੋ ਘੰਟੇ ਚ ਕੱਲ ਨੂੰ ਤੂੰ ਲੈ ਜੀ ਪਰ ਦੀ ਗੱਲ ਹੋਰ ਸੀ ਐਤਕੀ ਬਾਠਾਂ ਵਾਲੇ ਸਾਧ ਨੇ ਤੀਆਂ ਲੇਟ ਕਰਤੀਆਂ ਲੇਟ ਹੋਇਆ ਕਿਵੇਂ ਆ ਮੁੰਡੇ ਵਧੀਆ ਬਾਬਾ ਤੈਨੂੰ ਦੱਸ ਕੀ ਕਹਿੰਦੇ ਤੂੰ ਤਰੇ ਫਿਰ ਮੂਹਰੇ ਮਰੀ ਜਾਂਦੀ ਆ ਪਕਾਈ ਪਰ ਲੈ ਗਿਆ ਇਕੱਠਾ ਕਰਕੇ ਐਤਕੀ ਲੈ ਗਿਆ ਅਸੀਂ ਤਾਂ ਆਪਦਾ ਅੱਡ ਬੈਠੇ ਰਹਾਂਗੇ ਮਰੀ ਜਾਂਦੀ ਆ ਮੈਂ ਉੱਥੇ ਕੱਲਾ ਕੀ ਕਰੂੰ ਚੱਲ ਨਿਖਰੀ ਰਹਿੰਦੀ ਆ ਨਾ ਨੀ ਆਮਲੀ ਕਿਹੜਾ ਡੱਕਾ ਤੋੜਦਾ ਜੇ ਉਹ ਨਿਖਰੀ ਰਹਿੰਦੀ ਆ ਕਿੱਥੇ ਮੇਰੀ ਭਾਬੀ ਕੀ ਕਰਾਉਣਾ ਭਾਬੀ ਤੋਂ ਲੈ ਅੱਖ ਕੀ ਕਰਾਉਣਾ ਭਾਬੀ ਤੇ ਤੀਆਂ ਤੇ ਲੈ ਕੇ ਜਾਣੀ ਹੈ ਮੈਂ ਕੋਈ ਤੀਆਂ ਤੂਆਂ ਤੇ ਨਹੀਂ ਆਂਦੀ ਉਹ ਅਸ ਤੁਹਾਨੂੰ ਦੋ ਮਹੀਨਿਆਂ ਦਾ ਕਿਹਾਗਾ ਤੀਆਂ ਤੇ ਜਾਣ ਨੂੰ ਨਾ ਨਾ ਉਹ ਨਹੀਂ ਆਂਦੀ ਬਹਿ ਬਹਿ ਚਾਚਾ ਉਹ ਮੈਂ ਤਾਂ ਬੈਠੀ ਆ ਭਾਈ ਅੱਜ ਬਾਖਾਂ ਦੀ ਗੱਲ ਸੁਣ ਲੈ ਕੀ ਕਹਿੰਦੇ ਨੇ ਉਹ ਚਾਚਾ ਮੈਂ ਨਹੀਂ ਤੋੜਦਾ ਉਹਨੂੰ ਤੀਆਂ ਤੇ ਨਹੀਂ ਭਾਬੀ ਬਾਹਰ ਆ ਉਹ ਬਿਮਾਰ ਆ ਉਹ ਲੈ ਵਧੀਆ ਆ ਤਾਂ ਸ਼ਿੰਗਾਰ ਲਾਈ ਬੈਠੀ ਤੂੰ ਕਹਿੰਦਾ ਬਿਮਾਰ ਹੈਗੀ ਤੈਨੂੰ ਬਾਰੇ ਉਹਨੂੰ ਕਿਹਨੇ ਕਿਹਾ ਓਏ ਕੋਈ ਨਾ ਬਗਾਨੇ ਆ ਸੀ ਉਹ ਨਹੀਂ ਚਾਚਾ ਤੈਨੂੰ ਨਹੀਂ ਪਤਾ ਹੈਗਾ ਕਸੂਰ ਕੀ ਹੈ ਚਾਚਾ ਮੇਰੇ ਚ ਕਸੂਰ ਕੀ ਹੈਗਾ ਉਹ ਮੈਂ ਤੋਰਨੀ ਨਹੀਂ ਬਸ ਕਿਉਂ ਕੀ ਗੱਲ ਭਾਈ ਕਾਤੋਂ ਬਸ ਮੇਰੀ ਧੀਮੀ ਮੇਰੀ ਮਰਜ਼ੀ ਅੱਛਾ ਅੱਛਾ ਓਏ ਆ ਵੀ ਜਵਾਖ ਨਹੀਂ ਕਿਸੇ ਦੇ ਤੇ ਵਿਆਹ ਕੇ ਤਾਂ ਚਾਚਾ ਹੀ ਲਿਆਇਆ ਸੀ ਤੂੰ ਤਾਂ ਨਹੀਂ ਵਿਆਹ ਕੇ ਲਿਆਇਆ ਸੀ ਹੁਣ ਤੂੰ ਸਾਰਾ ਸਾਨੂੰ ਸਿਖਾਵੇਂਗਾ ਹਾਂ ਉਹ ਤੂੰ ਤਿਆਰ ਹੈ ਭਾਈ ਮੈਂ ਤਾਂ ਤਿਆਰ ਹਾਂ ਕਿਹੜੇ ਵੇਲੇ ਦੀ ਆਉਣੀ ਦਿੰਦਾਗਾ ਚਲੋ ਚਲੋ ਚੱਲੀਏ ਫਿਰ ਆਜੋ ਚਲੋ ਤੂੰ ਵੀ ਨਾਲ ਚੱਲੋ ਕੀ ਕਰੇਗਾ ਮੈਂ ਨਹੀਂ ਆਂਦਾ ਹੈਗਾ ਮੇਰਾ ਸਾਲਾ ਪਹਿਲਾਂ ਮੰਜੇ ਤੋੜੀ ਜਾਂਦਾ ਉਰੇ ਮੈਂ ਆਪੇ ਆ ਜਾਊਂਗਾ ਜੇ ਮੇਰਾ ਸਰੀਰ ਜਿਹਾ ਨਹੀਂ ਬਣਿਆ ਤੇਰਾ ਸਰੀਰ ਤਾਂ ਬਣਦੀ ਨਹੀਂ ਕਦੇ ਚਲੋ ਇਹ ਕੁਛ ਨਹੀਂ ਕਰਦਾ ਤੂੰ ਆ ਜਾ ਤੁਸੀਂ ਬਗ ਜਾਓ ਕੋਈ ਨਾ ਚਾਚਾ ਨਿਗਾਹ ਰੱਖੀ ਓ ਚਲੋ ਚਲੋ ਅਸੀਂ ਆ ਗਏ ਨਹੀਂ ਭਾਬੀ ਹਾਂ ਇਹ ਗੱਲ ਸੁਣ ਤੁਹਾਡੇ ਚ ਇਹ ਜੀ ਕਿਹੜੀ ਗੱਲ ਹੋ ਗਈ ਤੇਰੇ ਤੇ ਬਾਈ ਇੰਨਾ ਰੋਹ ਮਾਰਦਾ ਸੀਗਾ ਕੀ ਗੱਲ ਹੋ ਗਈ ਇਹ ਜੀ ਪਤਾ ਨਹੀਂ ਭੜੀ ਇਹਨੂੰ ਕੀ ਹੋਇਆ ਪਿਆਗਾ ਕਿਉਂ ਹੋਰ ਚੋਰੇ ਨੂੰ ਖਾਲੀ ਸੌਣ ਲੱਗੇ ਮੈਂ ਤਾਂ ਫਸਾਤੀ ਇਹਨਾਂ ਨੇ ਜਿਹੜਾ ਕੱਟਦਾ ਉਹਨੂੰ ਪਤਾ ਹੁਣ ਮੈਨੂੰ ਪਤਾ ਮੈਂ ਕੱਟਦੀ ਇਹਦੇ ਨਾਲ ਨੀ ਚੱਲ ਹੋਰ ਤਾਂ ਹੁਣ ਕੋਈ ਚਾਰਾ ਹੈ ਨੀ ਭੈਣੇ ਜਿਹੋ ਜਿਹਾ ਹੈਗਾ ਉਹ ਜਿੰਦਗੀ ਕੱਢ ਲਾ ਆਪਦੀ ਓਏ ਕੰਜਰ ਦਾ ਕੋੜੀ ਆ ਚੰਗਾ ਭਲਾ ਬੰਦਾ ਹੀ ਮੰਜੇ 'ਚ ਪੈ ਦੇ ਉਹ ਵੀ ਮਰੀਜ਼ ਹੋ ਜਾਂਦਾ ਛੱਡ ਦੇ ਪਿੰਡਾਂ ਦਾ ਚੱਲ ਚੱਲੀਏ ਓ ਚਾਚਾ ਤੁਸੀਂ ਚਲੋ ਮੈਂ ਆਇਆ ਮਗਰ ਮਗਰ ਕੋਈ ਨਾ ਚਾਚਾ ਚਲੋ ਤੁਸੀਂ ਚੱਲ ਕੋਈ ਨਾ ਮੈਂ ਦੌਰ ਰੱਖਿਓ ਓ ਕੋਈ ਨਾ ਕੋਈ ਨਾ ਤਾਂ ਹੀ ਗਿਆ ਸੀ ਨਾਲ ਪਹਿਲਾਂ ਮੇਰੀ ਵੀ ਸਲਾਹ ਨਹੀਂ ਹੈਗੀ ਤੀ ਨੇਕੀ ਕਹਿੰਦਾ ਬਾਗ ਚੱਲਦੇ ਮਾ ਚੰਗਾ ਭਾਈ ਅੱਛਾ ਚੱਲ ਆ ਜੀ ਚੰਗਾ ਕੋਈ ਨਾ ਆ ਗਿਆ ਮੈਂ ਸਰੀਰ ਬੰਨ ਕੇ ਆ ਜਾ ਨੇਕੀ ਹਾਂ
ਮੇਰੇ ਸੜਦੀ ਨੂੰ ਬਥੇਰਾ ਸਮਝਾਇਆ ਤੇ ਫੇਰ ਬਾਕੀ ਕੋਈ ਨਾ ਆਥਣੇ ਆਉਣ ਦੇ ਕੀ ਦੱਸਾਂ ਭੈਣੇ ਮੈਂ ਤੈਨੂੰ ਖਾ ਰੱਖੀ ਆਂਗੀ ਮੈਂ ਤੈਨੇ ਨਹੀਂ ਆਇਆ ਚਲੋ 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 ਜਵਾਖੋ ਚੱਕ ਲੋ ਪੈਰ ਤੈਨੂੰ ਡੇਕਦੇ ਸੀ ਚਾਚਾ ਆਦਾ ਚਲੋ ਚਲੋ ਆ ਗਏ ਆ ਗਏ ਆ ਜਾ ਨੇਕੀ ਆ ਜਾ ਆ ਜਾ ਨੀਤੀਆਂ ਤਾਂ ਸੌਣ ਚ ਲੱਗਦੀਆਂ ਆ ਕਦੇ ਭਾਦੋਂ ਚ ਐਤਕੀ ਠੰਡ ਚ ਲਵਾ ਕੇ ਬਹਿ ਗਏ ਤੀਆਂ ਨਹੀਂ ਇਹ ਤਾਂ ਭੈਣੇ ਫਿਰ ਉਹ ਬਾਠਾਂ ਵਾਲਾ ਸਾਧ ਹੈ ਜਿਹੜਾ ਅੱਛਾ ਤੀਆਂ ਦੀ ਜਿਹੜੀ ਤਰੀਕ ਆ ਉਹੀ ਰੱਖਦਾ ਹੈਗਾ ਤੂੰ ਜਾਣਦੀ ਆ ਉਹਨੂੰ ਆਹੋ ਇਹ ਪਹਿਲਾਂ ਉਹਨੇ ਉਦੋਂ ਸੌਣ ਚ ਲਵਾਤੀਆਂ ਦੀਆਂ ਗਿਆ ਤੇ ਹੁਣ ਆ ਮਹੀਨੇ ਚ ਲਵਾਤੀਆਂ ਹੁਣ ਠੰਡ ਹੋ ਗਈ ਹੋਰ ਇਹ ਕੌਣ ਸੁਣੀ ਬਾਠਾਂ ਵਾਲਾ ਸਾਧ ਤੈਨੂੰ ਨਹੀਂ ਪਤਾ ਉਹਦੇ ਬਾਰੇ ਕੌਣ ਆ ਉਹ ਇਹ ਬਾਲੀ ਦਖਲਦਾਜੀ ਕਰਦਾ ਤੂੰ ਬਾਹ ਨਹੀਂ ਬੋਲਦੀ ਮੇਰੇ ਬੰਦੇ ਨੂੰ ਰੰਨਾ ਚ ਧੰਨਾ ਮੇਰਾ ਬੰਦਾ ਜਾ ਰਿਹਾ ਹੋਣੀ ਉਹਨੇ ਭੌਂਕ ਜਾਈ ਤੇ ਮੇਰਾ ਬੰਦਾ ਤੇ ਮੇਰੇ ਰਹੂਗਾ ਹੁਣ ਹੋਰ ਫਿਰ ਪੁੱਛੇ ਹੀ ਆ ਭੈਣ ਚੋ ਕੀ ਕਰਤਾ ਮੈਂ ਪੁੱਛੇ ਹੀ ਤਾਂ ਹੈਗਾਗਾ ਚੱਲ ਕੋਈ ਨਾ ਦੱਸ ਦੂੰਗੀ ਤੈਨੂੰ ਦੱਸ ਦੂੰ ਮੈਂ ਪੁੱਛਾਂ ਇਹ ਜੀ ਗੱਲਾਂ ਕਰੀ ਨਾ ਨਾ ਲੈ ਕੇ ਆਇਆ ਕਰ ਤੀਆਂ ਦੇ ਤਾਂ ਵਕਤ ਲਈ ਆ ਤੂੰ ਵਕਤ ਚੱਲੋ ਤੂੰ ਹੀ ਦਿਮਾਗ ਖਾਈ ਨਹੀਂ ਰਹੀ ਹੈਗੀ ਗੁੱਸੇ ਹੋਇਆ ਕਰੋ ਪਹਿਲਾਂ ਮੈਨੂੰ ਆਏ ਤੁਸੀਂ ਪਹਿਲਾਂ ਮੈਨੂੰ ਆਏ ਦੱਸ ਇਹ ਜੀ ਕੀ ਇਹਨੂੰ ਗਿੱਦੜ ਸਿੰਘੀ ਸੰਘਾਈ ਆ ਜਿਹੜੇ ਪਿੱਛੇ ਪਿੱਛੇ ਰਹਿੰਦਾ ਤੂੰ ਕਿਉਂ ਵਾਲਾ ਬੋਲੀ ਸਾਡੇ ਘਰ ਦੇ ਮਾਮਲੇ ਚ ਤੈਨੂੰ ਕੀ ਲੋੜ ਬੋਲਣ ਦੀ ਮੈਂ ਆਪਦੀ ਸਹੇਲੀ ਸੋਨੀ ਮੰਗ ਜਲੂਸ ਦਿਖਾਉਣਾ ਭੈਣ ਚੋ ਲੋਕਾਂ ਨੂੰ ਤੁਰਪੋ ਯਾਰ ਦੇਖੇ ਕਿਵੇਂ ਕਰਦੀ ਮੇਰੇ ਨਾਲ ਬਸ ਬਸ ਚਲੋ ਪਤਾ ਨਹੀਂ ਕਿੱਦੇ ਮਗਰ ਲਾਹੋਗੀ ਮੈਂ ਹਾਏ ਹਾਏ ਕਿੰਨੀ ਕੁ ਦੂਰ ਆਣੀ ਬੱਖਿਆਂ ਦੁੱਖਣ ਲੱਗ ਗਈਆਂ ਨਹੀਂ ਹਾਂ ਉਹ ਆ ਗਈ ਸਾਹਮਣੇ ਕੋਟ ਦੁੰਨੇ ਦੀ ਹੱਦ ਉੱਥੇ ਹੀ ਨੇ ਤੀਆਂ ਅੱਛਾ ਗੱਲ ਸੁਣਨੀ ਦੱਸ ਭਾਬੀ ਚਾਚੀ ਨਹੀਂ ਆਈ ਨਹੀਂ ਉਹ ਤਾਂ ਫੁੱਫੜ ਨੇ ਕੁੱਟੀ ਆ ਤੇ ਹੋਰ ਆਏ ਕੀ ਹੋ ਗਿਆ ਨਹੀਂ ਉਹ ਤਾਂ ਭੈਣੇ ਉਹ ਤਾਂ ਫੁੱਫੜ ਨੇ ਕਰ ਲਈ ਕੋਡੀ ਇੱਕ ਗੱਲ ਤਾਂ ਕਹਿਣੀ ਤਾਂ ਨਹੀਂ ਚਾਹੀਦੀ ਸਾਰਾ ਕੁਝ ਪਤਾ ਸੀ ਚਾਚੀ ਨੂੰ ਕਿ ਮਾਸੜ ਸੋਨੂੰ ਵੀ ਸੁਣਦਾ ਤੇ ਆਹ ਗੱਲ ਪਤੀ ਸੀ ਉਹਨੂੰ ਕਿ ਮੁੰਡਾ ਨਸ਼ੇ ਕਰਦਾ ਮੈਂ ਵੀ ਫਸਾਈ ਸੀਗੀ ਮੈਨੂੰ ਤੇ ਆਈ ਹੈਗਾ ਆਪ ਹੀ ਭਰਦਾ ਅਗਲਾ ਜਿਹੜਾ ਕਰਦਾ ਨਾ ਕਿਸੇ ਨੇ ਆਪ ਹੀ ਭਰਦਾ ਹੁੰਦਾ ਨਹੀਂ ਤੁਸੀਂ ਤਾਂ ਸਾਰੀ ਚਾਚੀ ਮਗਰ ਪੈ ਗਏ ਚਾਚੀ ਚਾਚੀ ਆਏ ਚਾਚੀ ਬਹੁਤ ਉਹ ਭਾਈ ਮਾੜੀ ਮੋਟੀ ਸਰਵਿਸ ਤਾਂ ਕਰਨੀ ਬਣਦੀ ਹੈਗੀ ਛਿੱਤਰਾ ਬਿਨਾਂ ਕਿੱਥੇ ਲੋਟਾਂ ਹੁੰਦੀਆਂ ਨੇ ਐ ਦੱਸੋ ਪਹਿਲਾਂ ਮੈਨੂੰ ਉਹ ਤਾਂ ਖਾਸ ਚੇਰ ਦੀ ਭਾਲ ਦੀ ਚਾਚਾ ਸਰਵਿਸ ਵਧੀਆ ਤੈਂ ਕਰਤੀ ਤੁਸੀਂ ਚਲੋ ਚਲੋ ਕੰਮ ਦੀ ਗੱਲ ਕਰ ਚਲੋ ਚੱਕੋ ਪੈਰ ਕੱਢ ਕੇ ਹੱਡ ਪਸਲੀ ਤੋੜ ਦਿੰਦਾ ਮੇਰੇ ਪਿਓ ਦੀ ਰਾਣੀ ਦੀ ਪਾਣੀ ਚ ਮਧਾਣੀ ਪਾ ਕੇ ਬੈਠੀ ਆ ਤੇਰੇ ਜੀ ਲੱਗੇ ਨਹੀਂ ਹੁਣ ਉਹਦੇ ਬਿਨਾਂ ਨਹੀਂ ਮੇਰੇ ਭੂਆ ਕਿੱਥੇ ਮੇਰਾ ਜੀ ਲੱਗਦਾਗਾ ਅੱਛਾ ਚੱਕੀ ਰੱਖੋ ਕੁੜੇ ਪੈਰ ਲੇਟ ਕਰਾਉਂਗੇ ਤੁਸੀਂ ਤੂੰ ਉੱਥੇ ਜਾ ਕੇ ਗੰਡਾਂ ਦੇਣੀਆਂ ਮੈਨੂੰ ਸਾਰਾ ਸੁਣਦਾ ਮੇਰੇ ਕੋਲ ਵਰਗੇ ਕੰਨ ਨੇ ਕਿਉਂ ਕੁੱਤੇ ਪਕਾਈ ਮਾਰੀ ਜਾਣੀ ਰਾਹ ਚ ਵੀ ਲੜੀ ਜਾਣੀ ਰਹਿਣੀ ਹੈ ਇੱਥੇ ਤਾਂ ਚੁੱਪ ਕਰ ਜਾ ਮਾਰੀ ਜਾਣੀ ਲਾਲਾ ਕਿੱਧਰੋਂ ਆ ਗਿਆ ਕੋਈ ਨਾ ਬੰਦੇ ਚਾਰ ਬੁੜੀਆਂ ਦੋ ਤੀਆਂ ਤੇ ਦੱਸ ਲੈ ਬਾਬੇ ਦੇ ਬਚਨੇ ਹੋਏ ਹੋਏ ਨੇ ਮਗਰਾ ਕਿਹੜੇ ਓਹਦੀ ਟੈਨਸ਼ਨ ਨਾ ਲੈ ਤੂੰ ਭਜਦਾ ਕਹਿੰਦਾ ਮੇਰੇ ਗੋਡੇ ਦੁਖਦੇ ਲੈਣੀ ਸੋਨੀ ਸ਼ੁਕਰ ਆਪਾਂ ਪਹਿਲਾਂ ਆਂਗਾ ਹਨਾ ਨਹੀਂ ਹੋਰ ਮੈਂ ਤਾਂ ਕਿਤੇ ਲੇਟ ਹੋਵਾਂਗਾ ਪਹਿਲਾਂ ਆਂਗਾ ਭੈਣ ਚੋ ਨੱਚ ਲੋ ਹੁਣ ਇੱਥੇ ਕੱਲੀਆਂ ਚਾ ਕੇ ਮੂੰਹ ਆਂਗਾ ਕੌਣ ਇੱਥੇ ਬੇ ਸਾਰੀਆਂ ਉਰੇ ਆਉਣਗੀਆਂ ਨੱਚ ਲੋ ਉਰੇ ਮਰੀ ਨਾ 5 ਵਜੇ ਦਾ ਟਾਈਮ ਦਿੱਤਾ ਹੋਇਆ ਹਜੇ 15 ਮਿੰਟ ਪਏ ਆ ਵਾਧੂ ਮਿਲਣਾ ਇਕੱਠੀਆਂ ਹੋਣਗੀਆਂ ਇੱਥੇ ਚੱਲ ਨਹੀਂ ਤੂੰ ਤੋ ਵੀ ਮੇਰੇ ਬੰਦੇ ਨੂੰ ਖਾਣ ਵਾਲੇ ਵਾਂਗੂ ਪਈ ਜਾਂਦੀ ਆ ਗੱਲ ਆ ਕੋਈ ਇਹ ਕੀ ਆ ਫਿਰ ਤੂੰ ਵੀ ਇਹਨੂੰ ਖਾਣ ਵਾਲੇ ਵਾਂਗੂ ਪਈ ਜਾਂਦੀ ਆ ਕਹਿ ਰਹੀਆਂ ਕਿ ਸਾਰੀਆਂ ਕੁੜੀਆਂ ਇੱਥੇ ਹੀ ਆਉਣਗੀਆਂ ਔਰ ਹੀ ਇਕੱਠ ਹੋਊਗਾ ਫਿਰ ਆ ਜਾਣਗੀਆਂ ਇਹਨੂੰ ਕਦੋਂ ਭਜ ਭਜ ਪਈ ਜਾਂਦੀ ਫਿਰ ਤੂੰ ਨਵੀਂ ਤਾਂ ਯੂਪੀ ਤੋਂ ਆਈ ਆ ਤੂੰ ਪੀਂ ਕਿ ਝੂਟ ਹਾਂ ਨਾ ਮੈਂ ਤਾਂ ਭੁੱਲ ਗਈ ਸੀਗੀ ਠੀਕ ਆ ਠੀਕ ਆ ਕਰੋ ਆਪਦਾ ਸਾਡੇ ਤਾਂ ਤੀਆਂ ਵੀ ਲਾ ਦਿੱਤੀ ਚ ਆ ਜਾਣੀ ਭੈਣੇ ਤੂੰ ਵੀ ਪੀਂ ਤੇ ਬਹਿ ਜਾ ਹੌਲੀ ਤੈਨੂੰ ਬੈਠੀ ਭੈਣੇ ਰਸਾਂ ਨਾਲ ਤੋੜ ਦੂੰ ਇੱਕ ਤਾਂ ਮੋਟੀ ਵਾਲੀ ਨਹੀਂ ਵਾਲਾ ਨਜ਼ਾਰਾ ਆਉਂਦਾ ਗਾ ਬਸ ਬਹੁਤ ਤਕੜੀ ਹੋ ਗਈ ਯੂਪੀ ਚ ਤਾਂ ਮੈਂ ਆਈ ਹਾਂ ਜੀ ਪਹਿਲੀ ਗੱਡੀ ਮੈਂ ਦੇਖਣ ਆਈ ਹਾਂ ਛੇੜੀਆਂ
ਆਪਣੇ ਸੀ ਸੈੱਟ ਨਾ ਦੀ फिर दसूंगी मैं मासी क्यों नी आई नी के मासी तेरी सहेली हो नहीं दोदी तो लम्मी कहानी है भैने तेन बह के दसांगी कदे वेलियां होके भैने बड़ा वड्डा जब हो गया वो तो वेले टाइम की कहानी है तेन फिर दसांगी चल ठीक है चंगा नी आज कट तेन झूठा दवा कोर्ट दोनों सारे आ गए भैने ਨਾ ਰਹਿੰਦੀਆਂ ਨੇ ਹਜੇ ਕੁਛ ਕਾ ਤੇ ਛੋਡੇ ਹੋ ਜਿਹੜੀ ਉਹਨਾਂ ਦੇ ਮੂਰਤੀ ਨਹੀਂ ਆਈ ਛੋਡੀ ਨਹੀਂ ਆ ਰਹੀ ਆ ਉਹ ਵੀ ਕੋਈ ਨਾ ਤੁਸੀਂ ਬੈਠਦਾ ਸਹੀ ਹਾਂ ਬੈਠ ਨਹੀਂ ਬੈਠ ਖਰਜ ਮੈਨੂੰ ਝੂਟ ਦੋ ਮੈਂ ਤਾਂ ਆਖੋ ਝੂਟੇ ਲੋ ਮੜਿਆ ਟਕਾਈ ਨਾਲ ਪਿਆਰ ਨਾਲ ਤੇ ਜਾਵੇ ਤੂੰ ਕੋਈ ਆਡੇ ਕੋਤੇ ਕੋਈ ਨਹੀਂ ਜੱਤ ਨਹੀਂ ਕਾਟੋ ਕਿਤੇ ਟੋਪੇ ਚ ਨਾ ਬੱਕੀ ਨਹੀਂ ਬਾਲਾ ਵੱਡਾ ਨਾ ਦੇਂਦੀ ਤੇ ਮੈਨੂੰ ਤਾਂ ਡਰ ਲੱਗਦਾ ਨਹੀਂ ਬਾਲਾ ਵੱਡਾ ਕਿਉਂ ਸਾਫ ਨਹੀਂ ਹੁੰਦਾ ਮੈਂ ਕਿ ਲੈ ਕੇ ਨਹੀਂ ਦੇਖਾ ਝੂਟਾ ਨਾ ਜਿੱਡਾ ਕਿ ਤੂੰ ਲਵੇਂਗੀ ਉਲਟਾ ਕੇ ਦੂੰਗੀ ਆਏ ਪਿਆਰ ਨਾਲ ਪਿਆਰ ਨਾਲ ਨਹੀਂ ਸੈੱਟ ਨਾ ਦੇਈ ਭੈਣੇ ਹੌਲੀ ਝੂਟਾ ਦੇ ਆਏ ਨਹੀਂ ਆ ਹੁਣਾ ਨਹੀਂ ਇਹ ਆ ਵੀ ਆ नहीं सोनी डिगना पई रोक ला पी ਬਈ ਠੀਕ ਹੈ ਹਾਂ ਹਾਂ ਨੇਕੀ ਜਮਾ ਖੈਰ ਸੁਖ ਹੈ ਅੱਛਾ ਹਾਂ ਆ ਜਾ ਇੱਥੇ ਬਹਿਣਿਆ ਕੋਈ ਹੋ ਜਾਗਾ ਕੋਈ ਗੱਲਬਾਤ ਬਾ ਗੱਲਬਾਤ ਹੀ ਗੱਲਬਾਤ ਹੈ ਹਾਂ ਉਹ ਕੀ ਰਾਹ ਚ ਜਵਾਕ ਜੇ ਗੱਲਾਂ ਕਰੀ ਜਾਂਦੇ ਸੀ ਆ ਤੇ ਕੀ ਗੱਲਬਾਤ ਹੋ ਗਈ ਘਰੇ ਕਾਲ ਇੰਨਾ ਤਾਂ ਨੇਕੀ ਚੱਲਦਾ ਰਹਿੰਦਾ ਹੈ ਕਿਹੜੇ ਘਰ ਨਹੀਂ ਲੜਾਈ ਹੁੰਦੀ ਹੈਗੀ ਹਾਂ ਉਹ ਕੁਛ ਨਹੀਂ ਹੁੰਦਾ ਹੈਗਾ ਦੋ ਭਾਂਡੇ ਖੜਕਦੇ ਹੁੰਦੇ ਨੇ ਅੱਛਾ ਅੱਛਾ ਸੁਣਾ ਕੋਈ ਖਬਰ ਸਾਰ ਖਬਰ ਸਾਰ ਤਾਂ ਠੀਕ ਆ ਉਹ ਸ਼ੋਰ ਜਾ ਕਿਹੜਾ ਆਇਆ ਯਾਰ ਉਹ ਮੈਂ ਤਾਂ ਆਪ ਨਹੀਂ ਜਾਣਦਾ ਹੈਗਾ ਚੱਲ ਹੁਣ ਆਪਾਂ ਤਾਂ ਜਵਾਕਾਂ ਨਾਲ ਆਏ ਭਾਈ ਇਕੱਲੇ ਕਹਿੰਦੇ ਜਵਾਕ ਨੇ ਆਉਣਾ ਪੈਂਦਾ ਉਹ ਕੁੜੀਆਂ ਕਤਰੀਆਂ ਨੇ ਕੋਲੇ ਮਾੜਾ ਜਿਹਾ ਨਿਗਾਹ ਰੱਖੀ ਉਹਦੇ 'ਤੇ ਹਾਂ ਹਾਂ ਦੇਖਦਾ ਸਾਡਾ ਉੱਪਰ ਆ ਜੀ ਮੈਨੂੰ ਵੀ ਲੱਗਿਆ ਹਾਂ ਮਾੜਾ ਜਿਹਾ ਨਿਗਾਹ ਰੱਖੀ ਉਹਦੇ 'ਤੇ ਹਾਂ ਹਾਂ ਆਹੋ ਲੈ ਨਾ ਕੋਈ ਸਮਾਚਾਰ ਆ ਸਮਾਚਾਰ ਕਾਹਦੇ ਨੇ ਆ ਦੇਖ ਲਾ ਲੈ ਕਿਤੇ ਭਾਵੇਂ ਨਾ ਕਿਤੇ ਫੜਿਆ ਜਾਂਦਾ ਕੋਈ ਜੋੜਾ ਕਦੀ ਕਿਤੇ ਹਾਂ ਆਹ ਦੇਖ ਲਾ ਲੈ ਆਹ ਕੁਛ ਚੱਲਦਾ ਇੱਥੇ ਹੈਂ ਮਿਲਣਾ ਤਾਂ ਆਈਆਂ ਖੜੀਆਂ ਨੇ ਓਹ ਓਏ ਕੀ ਹਾਲ ਨੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰਦਾਰਨੀ ਠੀਕ ਹੋ ਨਮਸਤੇ ਜੀ ਨਮਸਤੇ ਨਮਸਤੇ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਠੀਕ ਹੋ ਹਾਂ ਵਧੀਆ ਤੁਸੀਂ ਦੱਸੋ ਹਾਂ ਜੀ ਲੇਟ ਹੋ ਗਏ ਉਹ ਭਾਈ ਟਾਈਮ ਲੱਗ ਗਿਆ ਤਾਂ ਮਹਾ 5 ਵਜੇ ਸ਼ੁਰੂ ਹੋਣਗੇ ਮਹਾ ਟਾਈਮ ਸੀ ਲੈ ਚੱਲਾਂਗੇ ਹੋਰ ਖੈਰ ਸੁੱਖ ਹੈ ਹਾਂ ਹਾਂ ਖੈਰ ਸੁੱਖ ਆ ਭਾਈ ਚਲੋ ਚਲ ਧੰਨ ਪਾ ਆ ਬਜ਼ੁਰਗ ਕਿੱਥੋਂ ਨੇ ਇਹ ਆਪਣੇ ਗਵਾਂਢ ਚ ਨੇ ਜੀ ਅੱਛਾ ਅੱਛਾ ਜੀ ਹਾਂ ਘਰ ਪਰਿਵਾਰ ਠੀਕ ਹੈ ਜੀ ਵਧੀਆ ਜੀ ਵਧੀਆ ਬੈਠੋ ਬੈਠੋ ਕਰਾ ਬੈਠੋ ਆ ਜਾ ਭਾਈ ਬੈਠਦੇ ਆ ਫਿਰ ਬੈਠੋ ਰੇ ਗੱਲਾਂ ਮਾੜਾ ਮੈਂ ਛੱਡਿਆ ਮੈਂ ਇਹਨਾਂ ਨੂੰ ਜਵਾਕਾਂ ਨੂੰ ਆ ਜਾਓ ਜੀ ਅੱਛਾ ਅੱਛਾ ਪ੍ਰਾਉਣਾ ਨਹੀਂ ਆਇਆ ਹੈਗਾ
ਉਹ ਪ੍ਰਾਹਣਾ ਫਿਰ ਘਰ ਵੀ ਸਾਹਮਣੇ ਆ ਚਾਹੀਦਾ ਸੀ ਕੋਈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਪੁੱਤ ਜਾਓ ਜਾਓ ਹੋਰ ਕੁੜਮਾ ਲੋਟਾ ਮਹਾ ਲਾਲਾ ਹੀ ਜਮੀ ਵਿਆਹ ਤੋਂ ਮਗਰੋਂ ਤਾਂ ਹੁਣ ਮਿਲਦੇ ਆ ਤੇਰੀ ਬਿੱਤੀ ਤੇਰਾ ਮਾਲਟਾ ਠੀਕ ਹੈ ਠੀਕ ਹੈ ਠੀਕ ਹੈ ਬੱਸ ਭਾਈ ਦੋ ਦਿਨ ਨਹੀਂ ਉੱਠਾਗਾ ਕੋਈ ਨਾ ਕੋਈ ਨਾ ਪੂਰੀ ਆ ਜਾ ਸਰਦਾਰ ਜੀ ਮੁੜਦੇ ਹੋਏ ਘਰ ਵਰਗਾ ਕੰਮ ਹੈ ਬਣਿਆ ਹੈ ਪਰਿਵਾਰ ਅੱਛਾ ਲੈ ਆਪਾਂ ਤਾਂ ਖਬਰ ਸਰ ਕੱਢ